ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿੱਚ ਕਰੀਬ 150 ਵਿਦਿਆਰਥੀਆਂ ਦੇ ਨਾਮ ਕੱਟੇ ਜਾਣ ਅਤੇ ਉਹਨਾਂ ਨੂੰ ਪੇਪਰਾਂ 'ਚ ਨਾ ਬੈਠਣ ਦਿੱਤੇ ਜਾਣ ਦੇ ਬਾਅਦ ਕਾਲਜ ਵਿੱਚ ਵਿਵਾਦ ਪੈਦਾ ਹੋ ਗਿਆ। ਇਸੇ ਗੱਲ ਤੋਂ ਨਾਰਾਜ਼ ਵਿਦਿਆਰਥੀਆਂ ਨੇ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਲਜ ਵਿੱਚ BA ਪਹਿਲਾ ਸਾਲ ਦੇ ਪੇਪਰ ਸ਼ੁਰੂ ਹੋਏ ਨੇ ਅਤੇ ਅੱਜ ਉਹਨਾਂ ਦਾ ਪਹਿਲਾ ਪੇਪਰ ਸੀ ਅਤੇ ਕਾਲਜ ਦੇ ਪ੍ਰਸ਼ਾਸਨ ਵੱਲੋਂ ਕਰੀਬ 150 ਵਿਦਿਆਰਥੀਆਂ ਨੂੰ ਰੋਲ ਨੰਬਰ ਲੈਕਟ ਸ਼ਾਰਟ ਹੋਣ ਦੀ ਵਜ੍ਹਾ ਕਾਰਨ ਜਾਰੀ ਨਹੀਂ ਕੀਤਾ ਗਿਆ, ਜਿਸ ਤੋਂ ਨਾਰਾਜ਼ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੌਕੇ ਦੀ ਨਜ਼ਾਕਤ ਨੂੰ ਸਾਂਭਦੇ ਹੋਏ ਪ੍ਰਸ਼ਾਸਨ ਵੱਲੋਂ ਪੁਲਿਸ ਫੋਰਸ ਨੂੰ ਬੁਲਾ ਲਿਆ ਗਿਆ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅੱਜ ਉਹਨਾਂ ਦਾ BA ਫਸਟ ਈਅਰ ਦੇ ਵਿਸ਼ੇ ਭੂਗੋਲ ਦਾ ਪਹਿਲਾ ਪੇਪਰ ਸੀ ਅਤੇ ਕਾਲਜ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਸੀ ਕਿ ਉਹਨਾਂ ਦੇ ਨਾਮ ਕੱਟੇ ਗਏ ਨੇ ਅਤੇ ਹੁਣ ਉਹਨਾਂ ਨੂੰ ਐਨ ਮੌਕੇ 'ਤੇ ਕਿਹਾ ਜਾ ਰਿਹਾ ਹੈ ਕਿ ਉਹ ਪੇਪਰ ਵਿੱਚ ਵੀ ਨਹੀਂ ਬੈਠ ਸਕਦੇ। ਇਸ ਦੌਰਾਨ ਉਹਨਾਂ ਮੰਗ ਕੀਤੀ ਕਿ ਜੋ ਪੇਪਰ ਚੱਲ ਰਿਹਾ ਉਸ ਨੂੰ ਦੁਬਾਰਾ ਲਿਆ ਜਾਵੇ। ਇਸ ਦੇ ਨਾਲ ਹੀ ਇਸ ਨੁਮਾਇਸ਼ ਵਿੱਚ ਵਿਦਿਆਰਥੀਆਂ ਦਾ ਸਾਥ ਦੇ ਰਹੇ YOI ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਧਰਨਾ ਇਸ ਲਈ ਲਾਇਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਰੋਲ ਨੰਬਰ ਨਹੀਂ ਦਿੱਤਾ ਗਿਆ, ਜਦੋਂ ਕਿ ਕਿਸੇ ਵੀ ਬੱਚੇ ਦਾ ਨਾਮ ਨਹੀਂ ਕੱਟਿਆ ਗਿਆ। ਉੱਥੇ ਇਸ ਪੂਰੇ ਮਾਮਲੇ 'ਤੇ ਕਾਲਜ ਦੇ ਪ੍ਰਿੰਸੀਪਲ ਜਸਵੰਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹਨਾਂ ਵੱਲੋਂ ਨੋਟਿਸ ਬੋਰਡ 'ਤੇ ਲੈਕਚਰ ਸ਼ਾਰਟ ਵਿਦਿਆਰਥੀਆਂ ਬਾਰੇ ਨੋਟਿਸ ਲਗਾਇਆ ਗਿਆ ਸੀ ਅਤੇ ਇਹਨਾਂ ਦੇ ਕਾਫੀ ਜ਼ਿਆਦਾ ਲੈਕਚਰ ਵੀ ਸ਼ਾਰਟ ਨੇ। ਹੁਣ ਇਹਨਾਂ ਵੱਲੋਂ ਰੋਸ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਉਹਨਾਂ ਆਖਿਆ ਕਿ ਹੁਣ ਉਹਨਾਂ ਵੱਲੋਂ ਇੱਕ ਘੋਸ਼ਣਾ ਪੱਤਰ ਲਿਆ ਜਾਵੇਗਾ, ਜਿਸ ਵਿੱਚ ਉਹਨਾਂ ਵੱਲੋਂ ਅੱਗੇ ਤੋਂ ਕਾਲਜ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸ਼ਵਾਸ ਦਿਵਾਇਆ ਜਾਵੇਗਾ। ਫਰੀਦਕੋਟ ਤੋਂ ਅਜ਼ਾਦ TV ਨਿਊਜ਼ ਦੇ ਲਈ ਗੁਰਜੀਤ ਰੋਮਾਣਾ ਦੀ ਰਿਪੋਰਟ। ਸ਼ਵਿੰਦਰ ਸਿੰਘ ਆ, ਮੈਂ BA ਫਸਟ ਈਅਰ ਦਾ ਵਿਦਿਆਰਥੀ ਹਾਂ। ਇੱਥੇ ਪੇਪਰ ਚੱਲ ਰਿਹਾ ਜੀ ਹੁਣ, ਮੌਜੂਦਾ ਜੋਗ੍ਰਾਫੀ ਦਾ ਪੇਪਰ ਚੱਲ ਰਿਹਾ BA ਫਸਟ ਈਅਰ ਦਾ ਜੀ, ਅਤੇ ਸਟੂਡੈਂਟ ਨੂੰ ਰੋਲ ਨੰਬਰ ਨਹੀਂ ਦਿੱਤੇ ਗਏ, ਇਸ ਕਰਕੇ ਸਾਰੇ ਸਟੂਡੈਂਟ ਬੈਠੇ ਆ, 150-200 ਸਟੂਡੈਂਟ ਬੈਠਾ ਜੀ ਇੱਥੇ ਤੁਹਾਡੇ ਸਾਹਮਣੇ, ਠੀਕ ਹੈ ਜੀ। ਸਾਰਿਆਂ ਨੂੰ ਰੋਲ ਨੰਬਰ ਨਹੀਂ ਦਿੱਤਾ ਗਿਆ, ਪਹਿਲਾਂ ਕੋਈ ਨੋਟਸ ਨਹੀਂ ਲਾਇਆ ਗਿਆ, ਅੱਜ ਆ ਕੇ ਨੋਟਸ ਲਾਤਾ ਜੀ ਚੱਕ ਕੇ ਵੀ ਤੁਹਾਨੂੰ ਰੋਲ ਨੰਬਰ ਨਹੀਂ ਦਿੱਤੇ ਜਾਣਗੇ, ਜਾਂ ਨਾ ਕੋਈ ਸਾਨੂੰ ਜੁਰਮਾਨਾ ਪਾਇਆ ਇਹਨਾਂ ਨੇ ਪਹਿਲਾਂ ਹੀ, ਨਾ ਹੀ ਕੋਈ ਸਾਨੂੰ ਪਹਿਲਾਂ ਐਂ ਦੱਸਿਆ ਵੀ ਤੁਹਾਡੇ ਨਾਂ ਕੱਟੇ ਆ ਜਾਂ ਕੁਛ ਹੈਗਾ। ਇਹਦੇ 'ਚ ਕੀ ਕਸੂਰ ਆ ਜੀ? ਹਾਂਜੀ, ਉਹ ਬੱਚਿਆਂ ਨੂੰ ਜਿਹੜਾ ਰੋਲ ਨੰਬਰ ਨਹੀਂ ਦਿੱਤਾ ਅਤੇ ਅਸੀਂ ਇਹਨਾਂ ਨਾਲ ਗੱਲ ਕੀਤੀ, ਪਹਿਲਾਂ ਤਾਂ ਮੰਨੇ ਨਹੀਂ, ਬਾਅਦ 'ਚ ਬੱਚਿਆਂ ਨੇ ਇੱਥੇ ਧਰਨਾ ਲਾ ਲਿਆ, ਨਾਅਰੇ ਲਾਏ, ਨਾਅਰੇ ਲਾਉਣ ਤੋਂ ਬਾਅਦ ਇਹਨਾਂ ਨੇ ਸਾਨੂੰ ਬੁਲਾ ਕੇ ਫਿਰ ਅੱਜ ਇਹ ਫੈਸਲਾ ਲਿਆ ਗਿਆ ਕਿ ਸਾਰੇ ਬੱਚਿਆਂ ਤੋਂ ਇੱਕ ਸਵੈ ਘੋਸ਼ਣਾ ਪੱਤਰ ਲੈ ਕੇ, ਤਾਂ ਕਿ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗੇ ਕਿ ਇਹ ਅੱਗੇ ਤੋਂ ਕਲਾਸ ਸਕੂਲ ਵਿੱਚ ਸਹੀ ਆਉਣ, ਕਾਲਜ 'ਚ ਅਤੇ ਸਹੀ ਕਲਾਸਾਂ ਲਾਉਣ, ਅਤੇ ਇਹਨਾਂ ਨੂੰ ਅੱਜ ਰੋਲ ਨੰਬਰ ਦੇ ਦਿੱਤੇ ਜਾਣ ਦਾ ਉਹਨਾਂ ਨੇ ਆਸ਼ਵਾਸਨ ਦਵਾਇਆ। ਹੁਣ ਇਸ ਤੋਂ ਬਾਅਦ ਦੇਖਦੇ ਹਾਂ ਵੀ ਰੋਲ ਨੰਬਰ ਵਾਸਤੇ ਕੀ ਕਰਦੇ। ਹੁਣ ਅਸੀਂ ਹਾਲੇ ਨਿਕਲ ਰਹੇ ਹਾਂ ਵੀ ਇਹਨਾਂ ਤੋਂ ਇੱਕ ਐਫੀਡੇਵਿਟ ਲੈ ਰਹੇ ਹਾਂ ਵੀ ਅੱਗੋਂ ਵਾਸਤੇ ਅਸੀਂ ਇਹਨਾਂ ਦਾ ਸਵੈ ਘੋਸ਼ਣਾ ਲੈ ਰਹੇ ਹਾਂ ਕਿ ਅੱਗੋਂ ਵਾਸਤੇ ਇਹ ਬਿਨਾਂ ਦੱਸੇ ਤੋਂ, ਬਿਨਾਂ ਨਿਯਮਾਂ ਅਨੁਸਾਰ ਛੁੱਟੀ ਲਈ ਤੋਂ ਕਾਲਜ ਵਿੱਚੋਂ ਗੈਰ ਹਾਜ਼ਰ ਨਹੀਂ ਹੋਣਗੇ, ਬਿਨਾਂ ਕਿਸੇ ਕਾਰਨ ਤੋਂ ਪੇਪਰਾਂ ਵਿੱਚੋਂ ਗੈਰ ਹਾਜ਼ਰ ਨਹੀਂ ਹੋਣਗੇ, ਸੁਚਾਰੂ ਢੰਗ ਨਾਲ ਚੰਗੇ ਢੰਗ ਨਾਲ ਆਪਣੇ ਪੇਪਰ ਦੇਣਗੇ, ਉਹਨਾਂ ਦੇ ਇਸ ਵਿਸ਼ਵਾਸ 'ਤੇ ਫਿਰ ਅਸੀਂ ਇਹਨਾਂ ਨੂੰ ਉਹਦੇ ਬਾਰੇ ਤਾਂ ਹੁਣ ਅਸੀਂ ਕੁਛ ਕਰ ਨਹੀਂ ਸਕਦੇ, ਟਾਈਮ ਹੋ ਗਿਆ, ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਅੱਜ ਦੇ ਪੇਪਰ ਸ਼ਾਮਿਲ ਨਹੀਂ ਹੋ ਸਕਦੇ, ਅਗਲੇ ਪੇਪਰ ਦੇਣਗੇ। ਇਸ ਪੇਪਰ ਦੀ ਫਿਰ ਜਿਹੜਾ ਹੁਣ ਸਾਡਾ ਸਿਸਟਮ ਆ, ਉਹ ਸਮੈਸਟਰ ਸਿਸਟਮ ਆ, ਉਹ ਸਪਲੀ ਦੀ ਪ੍ਰੋਵੀਜ਼ਨ ਹੈ, ਉਹ ਅਗਲੇ ਵਾਰ ਦੇ ਸਕਣਗੇ ਨਾਲ ਹੀ ਅਗਲੇ।